ਠੀਕੜੀ ਵਿੱਚ ਸਵਾਗਤ ਹੈ ਤੁਹਾਡਾ ਅੱਜ। ਠੀਕੜੀ ਵਿੱਚ ਨਾ ਤਿੰਨ ਤੋਂ ਚਾਰ ਜਿਹੜੇ ਸ਼ੋਅ ਚੱਲਦੇ ਨੇ, ਜਿਨ੍ਹਾਂ ਵਿੱਚੋਂ ਕਥਾਕਲੀ ਇੱਕ ਸ਼ੋਅ ਹੈ, ਮਾਰਸ਼ਲ ਆਰਟ ਇੱਕ ਸ਼ੋਅ ਹੈ, 3D ਆਰਟ ਇੱਕ ਸ਼ੋਅ ਹੈ, ਉਸ ਤੋਂ ਬਾਅਦ ਉੱਥੇ ਮਿਊਜ਼ੀਕਲ ਫਾਉਂਟੇਨ ਇੱਕ ਸ਼ੋਅ ਆ। ਅਤੇ ਇਹਨਾਂ ਸ਼ੋਅਜ਼ ਦੇ ਵਿੱਚੋਂ ਛੋਟੇ ਛੋਟੇ ਜਿਹੇ ਨਮੂਨੇ ਮੈਂ ਤੁਹਾਡੇ ਅੱਗੇ ਰੱਖਦਾ। ਤਾਂ ਸਭ ਤੋਂ ਪਹਿਲਾਂ ਇਹ ਕਥਾਕਲੀ ਦਾ ਸ਼ੋਅ ਤੁਹਾਡੇ ਸਾਹਮਣੇ ਚੱਲ ਰਿਹਾ, ਇਹ ਉੱਥੇ ਦਾ ਟ੍ਰੈਡੀਸ਼ਨਲ ਆਰਟ ਹੈ, ਤਾਂ ਤੁਸੀਂ ਇਹਨਾਂ ਨੂੰ ਇੰਜੋਏ ਕਰੋ। ਕਥਾ ਕਲੀ ਦਾ ਮਤਲਬ ਹੁੰਦਾ, ਕਥਾ ਮਤਲਬ ਸਟੋਰੀ, ਕਲੀ ਮਤਲਬ ਉਹਨੂੰ ਅਭਿਨੇ ਕਰਨਾ। ਤਾਂ ਇੱਕ ਤਰ੍ਹਾਂ ਦਾ ਇਹ ਸਟੋਰੀ ਨੂੰ ਪੇਸ਼ ਕਰਨਾ ਹੁੰਦਾ, ਇਸ ਦੇ ਵਿੱਚ ਆਵਾਜ਼ ਨਹੀਂ ਹੁੰਦੀ, ਇਹ ਇੰਪ੍ਰੈਸ਼ਨਸ ਦੇ ਨਾਲ ਚੱਲਦਾ। ਇਹ ਸ਼ੋਅ ਫੇਸ ਦੇ ਇੰਪ੍ਰੈਸ਼ਨ ਹੋ ਗਏ, ਤੁਹਾਡੇ ਅੱਖਾਂ ਦੇ ਹਾਵ ਭਾਵ ਹੋ ਗਏ, ਚਿਹਰੇ ਦੇ ਹਾਵ ਭਾਵ ਹੋ ਗਏ, ਅਤੇ ਹੱਥਾਂ ਦੇ ਸਾਈਨ ਹੋ ਗਏ। ਇਹ ਸ਼ੋਅ ਸਾਈਲੈਂਟ ਮੋਡ ਵੀ ਚੱਲਦਾ, ਸਿਰਫ ਤੁਹਾਨੂੰ ਮਿਊਜ਼ਿਕ ਹੁੰਦਾ ਅਤੇ ਨਾਲ ਬਾਕੀ ਸਾਰਾ ਕੁਝ ਬੰਦਾ ਆਪਣੇ ਅਭਿਨੇ ਰਾਹੀਂ ਤੁਹਾਨੂੰ ਪ੍ਰਗਟ ਕਰਦਾ। ਤਾਂ ਇਹ ਸ਼ੋਅ ਦੇ ਕੁਝ ਝਲਕੀਆਂ ਨੇ ਤੁਹਾਡੇ ਸਾਹਮਣੇ, ਹੋਪ ਤੁਸੀਂ ਇੰਜੋਏ ਕਰੋਗੇ। ਇਸ ਤੋਂ ਬਾਅਦ ਜਿਹੜਾ ਅਸੀਂ ਦੂਜਾ ਸ਼ੋਅ ਦੇਖਿਆ ਉਹ ਮਾਰਸ਼ਲ ਆਰਟ ਦਾ ਹੈ। ਇਸ ਨੂੰ ਮੈਂ ਥੋੜ੍ਹਾ ਹਾਈਪਰਲੈਪਸ ਦੇ ਵਿੱਚ ਦਿਖਾਉਣਾ ਤੁਹਾਨੂੰ, ਕਿਉਂਕਿ ਕਾਫੀ ਲੰਬਾ ਸ਼ੋਅ ਸੀ। ਤਾਂ ਇਹਦੇ ਵਿੱਚ ਮਾਰਸ਼ਲ ਆਰਟ ਜਿੱਦਾਂ ਸਾਡੇ ਗੱਤਕਾ ਹੁੰਦਾ, ਉੱਦਾਂ ਇਹ ਚੱਲਦਾ। ਇਸ
ਤੋਂ ਅੱਗੇ ਇੱਕ ਸ਼ੋਅ ਅਸੀਂ ਦੇਖਿਆ ਸੀ, ਉਹ ਸੀ ਮਿਊਜ਼ੀਕਲ ਫਾਉਂਟੇਨ, ਜੋ ਕਿ ਮਿਊਜ਼ਿਕ ਅਤੇ ਲਾਈਟ ਦੇ ਨਾਲ ਫੁਹਾਰਿਆਂ ਨੂੰ ਰੀਪ੍ਰਜੈਂਟ ਕੀਤਾ ਹੋਇਆ ਸੀ। ਤਾਂ ਇਹ ਵੀ ਵਧੀਆ ਸੀ, 30 ਮਿੰਟ ਦਾ ਸ਼ੋਅ ਹੁੰਦਾ ਇਹ, ਤਾਂ ਇਸ ਦੇ ਵਿੱਚੋਂ ਵੀ ਕੁਝ ਝਲਕੀਆਂ ਤੁਹਾਡੇ ਅੱਗੇ ਪੇਸ਼ ਨੇ। ਇਸ ਤੋਂ ਇਲਾਵਾ ਇੱਕ ਸ਼ੋਅ ਹੋਰ ਸੀ, ਉਹ ਸੀ ਮੈਜੀਸ਼ੀਅਨ ਦਾ, ਅਤੇ ਉਹ ਅਸੀਂ ਨਹੀਂ ਦੇਖ ਪਾਇਆ ਮੈਂ, ਅਤੇ ਵੈਸੇ ਉਹ ਸ਼ੋਅ ਵੀ ਬਹੁਤ ਵਧੀਆ ਸੀ, ਅਤੇ ਸਾਡੇ ਵਿੱਚੋਂ ਕੁਛ ਫੈਮਿਲੀ ਮੈਂਬਰਸ ਨੇ ਦੇਖਿਆ ਸੀ, ਅਤੇ ਉਹ ਸ਼ੋਅ ਮੈਂ ਰਿਕਾਰਡ ਨਹੀਂ ਕਰ ਪਾਇਆ। ਉਹ ਵੀ ਇੱਕ ਜਿਵੇਂ ਨੋਰਮਲ ਇੱਕ ਮੈਜਿਕ ਦੀ ਐਕਟੀਵਿਟੀਜ਼ 'ਤੇ ਡਿਪੈਂਡੈਂਟ ਸ਼ੋਅ ਸੀ। ਇਸ ਤੋਂ ਬਾਅਦ ਫਿਰ ਸ਼ੋਅ ਖਤਮ ਕਰਨ ਤੋਂ ਬਾਅਦ ਅਸੀਂ ਦੁਬਾਰਾ ਆਪਣੇ ਹੋਟਲ ਵੱਲ ਨੂੰ ਚੱਲ ਪਏ, ਤਾਂ ਰਾਸਤੇ ਵਿੱਚ ਅਸੀਂ ਮਾਰਕੀਟ ਹੋ ਕੇ ਵੀ ਗਏ ਹਾਂ। ਦੇਖੋ ਮੈਂ ਰਾਤ ਬਿਮਾਰ ਹੋਣ ਕਰਕੇ ਤੁਹਾਨੂੰ ਨਹੀਂ ਦਿਖਾ ਪਾਇਆ, ਇੱਧਰ ਨਹੀਂ ਆ ਪਾਇਆ। ਬਹੁਤ ਵੱਡੀ ਮਾਰਕੀਟ ਹੈ ਇੱਥੇ, ਕੱਲ੍ਹ ਰਾਤੀ ਅਸੀਂ ਸ਼ੋਅ ਦੇਖਣ ਤੋਂ ਬਾਅਦ ਆਏ ਹਾਂ, ਕਿਉਂਕਿ ਉਦੋਂ ਮੇਰੇ ਨਾ ਮੋਬਾਈਲ ਦੀ ਬੈਟਰੀ ਡਾਊਨ ਹੋ ਗਈ ਤਾਂ ਮੈਂ ਵੀਡੀਓ ਕਲੋਜ਼ ਨਹੀਂ ਕਰ ਸਕਿਆ, ਤਾਂ ਉਹ ਵੀਡੀਓ ਆਪਾਂ ਹੁਣ ਕਲੋਜ਼ ਕਰ ਰਹੇ ਹਾਂ। ਤਾਂ ਕੱਲ੍ਹ ਅਸੀਂ ਸਵੇਰੇ ਉੱਠਣ ਤੋਂ ਬਾਅਦ ਜੰਗਲ ਸਫਾਰੀ, ਜੀਪ ਸਫਾਰੀ ਵਗੈਰਾ ਕੀਤੀ ਹੈ। ਉਸ ਤੋਂ ਬਾਅਦ ਇੱਥੇ 4-5 ਸ਼ੋਅ ਸੀ, ਲਾਸਟ ਸ਼ੋਅ ਸੀ ਸਾਊਂਡ ਐਂਡ ਲਾਈਟ ਦਾ, ਉਹ ਸ਼ੋਅ ਦੇਖੇ ਅਸੀਂ 8:30 ਵਜੇ ਫ੍ਰੀ ਹੋਏ, ਅਤੇ ਡਿਨਰ ਡੁਨਰ ਕਰਕੇ ਅਸੀਂ ਰਾਤੀ 9 ਵਜੇ ਰੂਮ 'ਚ ਆਏ ਹਾਂ, ਅਤੇ ਫਿਰ ਉਸ ਤੋਂ ਬਾਅਦ ਆ ਕੇ ਹੀ ਪ੍ਰਥਮ ਨੂੰ ਫੀਵਰ ਹੋ ਗਿਆ, ਫਿਰ ਗੋਲੀ ਦਿੱਤੀ, ਉਹਨੂੰ ਮੈਡੀਸਨ ਦਿੱਤੀ ਅਤੇ ਸੌ ਗਏ। ਸਵੇਰੇ 5:30 ਵਜੇ ਉੱਠਣ ਦਾ ਪਲਾਨ ਬਣਾਇਆ ਕਿ ਉੱਠ ਕੇ ਪ੍ਰਿਆਰ ਬੋਟਿੰਗ ਟਿਕ 'ਤੇ ਜਾਵਾਂਗੇ, ਬਟ ਸਵੇਰੇ ਫਿਰ ਉਹਨੂੰ 4 ਵਜੇ ਫਿਰ ਦੁਬਾਰਾ ਫੀਵਰ ਹੋ ਗਿਆ, ਜਿਸ ਕਰਕੇ ਅਸੀਂ ਜਾ ਨਹੀਂ ਪਾਏ। ਅਤੇ ਹੁਣ ਜਿਹੜੀ ਕੱਲ੍ਹ ਵਾਲੀ ਵੀਡੀਓ ਸੀ ਮੈਂ ਇੱਥੇ ਹੀ ਖਤਮ ਕਰਦਾ, ਅਤੇ ਅੱਜ ਸਵੇਰ ਤੋਂ ਆਪਾਂ ਅੱਜ ਦੇ ਡੇ ਦੀ ਵੀਡੀਓ ਸ਼ੁਰੂ ਕਰਦੇ ਹਾਂ। ਤੁਹਾਡਾ ਬਹਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਜੁੜਨ ਲਈ, ਵੀਡੀਓਜ਼ ਨਾਲ ਬਣੇ ਰਹਿਣ ਲਈ, ਅਤੇ ਹੋਪ ਹੈ ਕਿ ਤੁਸੀਂ ਫਿਊਚਰ 'ਚ ਵੀ ਇੱਦਾਂ ਹੀ ਪਿਆਰ ਦਿਓਗੇ। ਅਤੇ ਵੀਡੀਓ ਨੂੰ ਪਲੀਜ਼ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ, ਅਤੇ ਜੇ ਤੁਸੀਂ ਪਹਿਲੀ ਵਾਰ ਚੈਨਲ 'ਤੇ ਆਏ ਹੋ ਤਾਂ ਸਬਸਕ੍ਰਾਈਬ ਕਰਕੇ ਜਾਇਓ। ਥੈਂਕ ਯੂ।